ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਕਾਫੀ ਦਿਨਾਂ ਬਾਅਦ ਫਿਰ ਵਲੌਗ ਬਣਾ ਰਿਹਾ ਮੈਂ। ਅਤੇ ਆਪ ਜੀ ਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੀ ਸੀ ਕਿ ਮੈਂ ਰਿੰਪਾ ਜੀ ਨਾਲ ਕੁਛ ਪ੍ਰੋਗਰਾਮਾਂ 'ਚ ਜਾ ਰਿਹਾ ਸੀ, ਅਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਵੀ ਸੇਵਾ ਲੱਗੀ ਰਹੀ, ਕੁਛ ਘਰ ਫੰਕਸ਼ਨ ਸੀ, ਅਤੇ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਿਆ, ਸਾਰਿਆਂ ਦੇ ਗੱਲਬਾਤ ਨਹੀਂ ਕਰ ਸਕਿਆ ਤੁਹਾਡੇ ਨਾਲ। ਅੱਜ ਮੈਂ ਕਾਫੀ ਦਿਨਾਂ ਬਾਅਦ ਵਲੌਗ ਬਣਾ ਰਿਹਾ, ਅਤੇ ਅੱਜ ਦੀ ਮੈਂ ਤੁਹਾਨੂੰ ਅਪਡੇਟ ਦਿੰਦਾ ਹਾਂ। ਇੱਕ ਬੜੀ ਖਾਸ ਚੀਜ਼ ਮੇਰੇ ਕੋਲ ਆਈ ਅੱਜ, ਅਤੇ ਉਹ ਤੁਹਾਨੂੰ ਮੈਂ ਦਿਖਾਉਂਦਾ ਸਾਰਿਆਂ ਨੂੰ। ਆਹ ਦੇਖੋ, ਆਹ ਮੇਰੇ ਕੋਲ ਹੈਮਰ ਆਈ ਅੱਜ। ਇਹ ਬੜੀ ਸਪੈਸ਼ਲ ਚੀਜ਼ ਮੈਨੂੰ ਲੱਗੀ ਹੈ, ਸਿਰਫ ਮੈਂ ਸੈਂਪਲ ਮੰਗਵਾਇਆ ਅਜੇ, ਪਰ ਮੈਨੂੰ ਅੱਛੀ ਲੱਗੀ। ਜਿਹੜੇ ਕਈ ਬਹੁਤ ਸ਼ੌਕੀਨ ਹੈਗੇ ਨੇ ਸਿੰਘ, ਕਈ ਸੋਹਣੇ ਸੋਹਣੇ ਤਬਲੇ ਰੱਖਦੇ ਨੇ ਜਾਂ ਐਸੈਸਰੀ ਬੜੀ ਵਧੀਆ ਵਧੀਆ ਰੱਖਦੇ ਨੇ, ਇਹ ਉਹਨਾਂ ਵਾਸਤੇ ਇਹ ਚੀਜ਼ ਆ। ਅਤੇ ਮੈਂ ਵੀ ਜ਼ਰੂਰ ਵਰਤੂੰਗਾ, ਇਹ ਯੂਜ਼ ਕਰੂੰਗਾ। ਹੈਂਡੀ ਬੜੀ ਹੈ, ਹੈਂਡੀ ਵੀ ਬਹੁਤ ਆ, ਅਤੇ ਵਜ਼ਨ ਵੀ ਇਹਦਾ ਜ਼ਿਆਦਾ ਵੀ ਨਹੀਂ ਹੈ ਅਤੇ ਘੱਟ ਵੀ ਨਹੀਂ ਹੈ। ਅਤੇ ਬਾਕੀ ਇਹਦਾ ਡਿਜ਼ਾਇਨ ਜਾਂ ਮਟੀਰੀਅਲ ਇੱਦਾਂ ਦਾ ਯੂਜ਼ ਕੀਤਾ ਹੋਇਆ, ਇਹ ਖਰਾਬ ਨਹੀਂ ਹੋਣੀ। ਇਹਨੂੰ ਬਿਲਕੁਲ ਉਹਨਾਂ ਨੇ ਫਿਨਿਸ਼ ਕੀਤਾ ਹੋਇਆ ਹਰ ਪਾਸਿਓਂ, ਕੋਈ ਕੱਟ ਵੀ ਨਹੀਂ ਲੱਗੇਗਾ ਤਬਲੇ 'ਤੇ। ਅਤੇ ਬੜੀ ਸੋਹਣੀ ਉਹਨਾਂ ਨੇ ਪੈਕਿੰਗ ਕਰਕੇ ਇਸ ਡੱਬੇ ਵਿੱਚ ਪੈਕ ਕਰਕੇ ਭੇਜੀ ਸੀ, ਅਤੇ ਭਾਈ ਸਾਹਿਬ ਹੁਣੀ ਲੱਗੇ ਨੇ ਜ਼ੋਰਾਂ ਸ਼ੋਰਾਂ 'ਚ। ਅਤੇ ਤਬਲਾ ਅੱਜ ਕਿੰਨਵਾਂ ਤਬਲਾ ਬਣ ਗਿਆ, ਤੀਸਰਾ ਕਿ ਚੌਥਾ? ਚੌਥਾ। ਚਾਰ ਤਬਲੇ ਬਣਾ ਤੇ ਇਹਨਾਂ ਨੇ, ਅਤੇ ਮੈਂ ਦੋ ਡੱਗਿਆਂ ਨੂੰ ਸ਼ਾਹੀ ਲਾਤੀ ਆ, ਇੱਕ ਇਹਨੂੰ ਲਾਈ ਆ ਅਤੇ ਇੱਕ ਆ ਪਿਆ ਹੋਇਆ, ਇੱਕ ਇਹਨੂੰ ਲਾਈ ਆ, ਦੋ ਡੱਗਿਆਂ ਨੂੰ ਮੈਂ ਸ਼ਾਹੀ ਲਾਤੀ ਹੈ। ਅਤੇ ਅੱਜ ਅਸੀਂ ਦੋਵਾਂ ਨੇ ਰਲ ਮਿਲ ਕੇ 6 ਤਬਲੇ ਬਣਾ ਲਿਆ, ਇੱਕ ਅੰਸ਼ ਨੇ ਵੀ ਬਣਾਇਆ ਮੇਰੇ ਖਿਆਲ ਨਾਲ, 7 ਤਬਲੇ ਬਣਾ ਲਏ ਅਸੀਂ ਅੱਜ। ਅਤੇ ਇਹ ਸਭ ਤੁਹਾਡੀਆਂ ਸੀਸਾਂ ਨਾਲ ਹੁੰਦਾ ਇੰਨਾ ਕੰਮ, ਨਹੀਂ ਤਾਂ ਅਸੀਂ ਇੰਨੇ ਮੈਂ ਇੰਨਾ ਯੋਗ ਨਹੀਂ ਹੈਗਾ ਕਿ, ਜਾਂ ਅਸੀਂ ਵੀ ਰਲ ਮਿਲ ਕੇ ਇੰਨੀ ਯੋਗਤਾ ਨਹੀਂ ਰੱਖਦੇ ਕਿ ਅਸੀਂ ਇੰਨਾ ਕੰਮ ਕਰ ਸਕੀਏ। ਤੁਹਾਡੀਆਂ ਸੀਸਾਂ ਨਾਲ, ਤੁਹਾਡੇ ਪਿਆਰ ਨਾਲ ਇੰਨਾ ਕੰਮ ਹੁੰਦਾ ਹੈ। ਅਤੇ ਇੱਦਾਂ ਹੀ ਤੁਸੀਂ ਸਾਰੇ ਪਿਆਰ ਦਿੰਦੇ ਰਹੋ, ਆਪਣਾ ਆਪਣੀਆਂ ਸੀਸਾਂ ਦਿੰਦੇ ਰਹੋ। ਅਤੇ ਮੈਨੂੰ ਭਾਈ ਸਾਹਿਬ ਹੈ ਕਹਿੰਦੇ ਸਾਡੇ, ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਕੀਤਾ, ਕਹਿੰਦੇ ਤੁਸੀਂ ਵਲੌਗ ਕਿਉਂ ਨਹੀਂ ਬਣਾਉਂਦੇ? ਹੁਣ ਦੋ ਤਿੰਨ ਵਲੌਗ ਹੀ ਬਣਾਏ ਸਿਰਫ, ਸਗੋਂ ਮੈਂ ਰਿੰਪਾ ਜੀ ਦੇ ਨਾਲ ਵੀ ਸਾਰਾ ਵਲੌਗ ਸਾਰੇ ਟੂਰ ਦਾ ਬਣਾਇਆ ਸੀ। ਉਹ ਫੋਨ ਮੇਰੇ ਐਕਚੁਅਲੀ ਨਾ ਫੋਨ 'ਚ ਇੱਕ ਪ੍ਰੋਬਲਮ ਕੋਈ ਆ ਗਈ ਸੀ, ਅਤੇ ਉਹਦੇ ਕਰਕੇ ਵਲੌਗ ਮੇਰਾ ਕੰਪਲੀਟ ਨਹੀਂ ਹੋ ਪਾਇਆ, ਫਿਰ ਮੈਨੂੰ ਵਲੌਗ ਉਹ ਡਿਲੀਟ ਕਰਨਾ ਪਿਆ, ਕੰਪਲੀਟ ਨਹੀਂ ਹੋਇਆ ਸੀ ਉਹ, ਅਤੇ ਵਲੌਗ ਮੇਰਾ ਬਣ ਨਹੀਂ ਪਾਇਆ। ਉਸ ਤੋਂ ਬਾਅਦ ਫਿਰ ਕੁਛ ਬਿਜ਼ੀ ਹੋ ਗਏ ਥੋੜ੍ਹਾ, ਅਤੇ ਧਿਆਨ ਨਹੀਂ ਦਿੱਤਾ, ਫੋਨ 'ਚ ਪ੍ਰੋਬਲਮ ਸੀ। ਅਤੇ ਮੈਨੂੰ ਸਪੈਸ਼ਲ ਫੋਨ ਕੀਤਾ ਉਹਨਾਂ ਨੇ, ਭਾਈ ਸਾਹਿਬ ਨੇ, ਕਿ ਬਾਹਰ ਰਹਿੰਦੇ ਨੇ, ਆਸਟ੍ਰੇਲੀਆ ਰਹਿੰਦੇ ਨੇ, ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਕੀਤਾ ਕਿ ਵਲੌਗ ਤੁਸੀਂ ਕੰਟੀਨਿਊ ਕਰੋ ਆਪਣੇ। ਅਤੇ ਮੈਂ ਉਹਨਾਂ ਨੂੰ ਖਿਮਾ ਮੰਗੀ ਉਹਨਾਂ ਕੋਲੋਂ, ਮੈਂ ਕਿਹਾ ਜ਼ਰੂਰ ਮੈਂ ਕਰੂੰਗਾ। ਉਹ ਬੜੇ ਸ਼ੌਕੀਨ ਨੇ ਇੰਸਟਰੂਮੈਂਟਸ ਦੇ, ਜਾਂ ਮਿਊਜ਼ਿਕ ਬਾਰੇ, ਸੰਗੀਤ ਬਾਰੇ, ਇੰਸਟਰੂਮੈਂਟ ਬਾਰੇ ਬੜੀ ਜਾਣਕਾਰੀ ਲੈਣਾ ਉਹਨਾਂ ਨੂੰ ਪਸੰਦ ਆ। ਉਹ ਕਹਿੰਦੇ ਤੁਸੀਂ ਵਲੌਗ ਜ਼ਰੂਰ ਬਣਾਇਆ ਕਰੋ, ਸਾਰਿਆਂ ਦੇ ਵਲੌਗ ਦੇਖਦੇ ਨੇ ਉਹ, ਜਿੰਨੇ ਵੀ ਤਬਲਾ ਮੇਕਰ ਹੈਗੇ ਆ ਜਾਂ ਕੋਈ ਸੰਗੀਤ ਦੀ ਗੱਲ ਕਰਦਾ ਹੋਵੇ ਯੂਟਿਊਬ 'ਤੇ, ਉਹ ਸਭ ਨੂੰ ਦੇਖਦੇ ਆ। ਅਤੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿ ਜ਼ਰੂਰ ਵਲੌਗ ਬਣਾਉਣਾ ਹੀ ਬਣਾਉਣਾ ਹੈ, ਅਤੇ ਮੈਂ ਉਹਨਾਂ ਦੀ ਹੁਕਮ 'ਤੇ ਉਹਨਾਂ ਦੇ ਮੈਂ ਵਲੌਗ ਫਿਰ ਕੰਟੀਨਿਊ ਕਰ ਰਿਹਾ। ਤੁਸੀਂ ਸਾਰੇ ਸਾਥ ਦਿਓ ਅਤੇ ਆਪਾਂ ਵਲੌਗ ਦਾ ਸਿਲਸਿਲਾ ਇੱਦਾਂ ਜਾਰੀ ਰੱਖਾਂਗੇ। ਤੂੰ ਹੈ ਮੇਰੇ ਪਿਆਰ, ਤੇਰੀ ਕੁਦਰਤ ਖੋ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਡਰੈਸ ਬਦਲ ਲਈ ਹੈ ਥੋੜ੍ਹੀ ਜਿਹੀ, ਮੈਂ ਜਾ ਰਿਹਾ ਵਾਂ ਬਾਬਾ ਜੀ, ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ, ਉਹਨਾਂ ਦੇ ਅਸਥਾਨ 'ਤੇ। ਬਾਬਾ ਜੀ ਨੇ ਹੁਕਮ ਕੀਤਾ ਸੀ ਕਿ ਅਸਥਾਨ 'ਤੇ ਜ਼ਰੂਰ ਆਓ, ਅਤੇ ਬਾਬਾ ਜੀ ਦੇ ਹੁਕਮ 'ਤੇ ਮੈਂ ਜਾ ਰਿਹਾ ਵਾਂ। ਅਤੇ ਇਹ ਦੁਮਾਲਾ ਵੀ ਕਦੀ ਕਦੀ ਸਜਾਈਦਾ ਵਾ, ਬੜੇ ਸਾਲ ਬਾਅਦ ਸਜਾਇਆ ਵਾ ਅੱਜ, ਅਤੇ ਨਿਆਣੇ ਸ਼ਰਾਰਤਾਂ ਕਰੀ ਜਾਂਦੇ ਦੋਨੋਂ ਰਿਦਮ ਲੋਕ। ਅਤੇ ਵਲੌਗ ਸ਼ੋਪ 'ਤੇ ਹੋਰ ਬਣਾ ਰਹੇ ਸੀ, ਪਰ ਮੈਨੂੰ ਦਿਓ ਜੀ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਾਂਗੇ ਅਗਲੇ ਵਲੌਗ ਦੇ ਵਿੱਚ, ਅਤੇ ਗੁਰੂ ਰਾਮਦਾਸ ਮਹਾਰਾਜ ਸਾਰਿਆਂ 'ਤੇ ਕਿਰਪਾ ਕਰੀ ਰੱਖਣ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।